ਦੋਸਤੋ ਪੰਜਾਬ ਦੀ ਨਮੀ ਨਮੀ ਜੌਬਸ ਅਪਡੇਟ ਲੈਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਮਲਟੀਟਾਸਕਿੰਗ ਤੇ ਹਵਲਦਾਰ ਦੀਆਂ ਜੋਬ ਰਿਕਰੂਟਮੈਂਟ ਦੀ ਦੋਸਤੋ ਇਹ 2022 ਵਿੱਚ ਜੋਬ ਰਿਕਰੂਟਮੈਂਟ ਆਈ ਸੀ ਉਸ ਨੂੰ ਹੀ ਇਨਕਰੀਜ਼ ਕੀਤਾ ਗਿਆ ਜੇ ਡੇਟ ਵੀ ਇਨਕਰੀਜ਼ ਕੀਤੀ ਹੈ ਅਪਲਾਈ ਕਰਨ ਦੀ ਤੇ ਪੋਸਟਾਂ ਵੀ ਇਨਕਰੀਜ਼ ਕੀਤੀ ਗਈ। ਪੂਰੀ ਜਾਣਕਾਰੀ ਤੋਂ ਉਹਨਾਂ ਨੂੰ ਇਸ ਵਿੱਚ ਦੱਸ ਦੇਣਾ ਜੇ ਵੀਡੀਓ ਬੈਨੀਫੀਸ਼ੀਅਲ ਲੱਗੇ ਵੀਡੀਓ ਨੂੰ ਲਾਈਕ ਤੇ ਇੱਕ ਪਿਆਰ ਦਾ ਕਮੈਂਟ ਵੀ ਜਰੂਰ ਕਰ ਦਿਓ ਓਕੇ ਤੇ ਲਾਸਟ ਡੇਟ ਦੇਖ ਲਓ ਪਹਿਲਾਂ 18 ਤਰੀਕ ਇੱਕ 2023 ਤੋਂ ਸਟਾਰਟ ਹੋਏ ਨੇ ஆன்ਲਾਈਨ ਅਪਲਾਈ ਫਾਰਮ ਫਿਲ ਹੋਣੇ ਤੇ 17 ਦੋ 2023 ਤੱਕ ਇਹ ਲਾਸਟ ਡੇਟ ਠੀਕ ਹੈ 17 ਤੱਕ ਆਪਾਂ 11 ਵਜੇ ਤੱਕ ਅਪਲਾਈ ਕਰ ਸਕਦੇ ਆ ਓਕੇ ਤੇ ਇਸ ਤੋਂ ਬਾਅਦ ਹੋਰ ਮੇਨ ਮੇਨ ਗੱਲਾਂ ਦੀ ਜਾਣਕਾਰੀ ਟੋਟਲ ਪੋਸਟਾਂ ਦੀ ਗੱਲ ਕਰੀਏ ਤਾਂ ਐਮਟੀਐਸ ਦੀ ਜਿਹੜੀ ਪੋਸਟਾਂ ਨੇ ਉਹ 10880 ਦੇ ਲਗਭਗ ਹੈ ਤੇ ਜਿਹੜੀ ਹਵਲਦਾਰ ਦੀ ਪੋਸਟਾਂ ਨੇ ਉਹ 529 ਪੋਸਟਾਂ ਨੇ ਠੀਕ ਹੈ ਚਲੋ ਅਬ ਏਜ ਲਿਮਿਟ ਦੀ ਗੱਲ ਕਰੀਏ ਜਨਰਲ ਕੈਂਡੀਡੇਟ ਜਿਹੜੇ 18 ਤੋਂ 25 ਸਾਲ ਦੀ ਡਿਮਾਂਡ ਕੀਤੀ ਗਈ ਹੈ ਇਸ ਤੋਂ ਇਲਾਵਾ ਜਿਹੜੇ ਐਸਸੀ ਐਸਟੀ ਦੀ ਇੱਕ ਕੈਟਗਰੀ ਨਾਲ ਬਿਲੋਂਗ ਕਰਦੇ ਨੇ ਇੱਥੇ ਆਪਾਂ ਦੇਖ ਸਕਦੇ ਹਾਂ ਏਜ ਰਿਲੇਕਸ਼ਨ ਮਿਲ ਜਾਂਦਾ ਹੈ ਐਸਸੀ ਐਸਟੀ ਨੂੰ 5 ਸਾਲਾਂ ਦਾ ਓਬੀ ਸਮੂਹ 3 ਦਾ ਪੀਡਬਲਯੂਡੀ ਨੂੰ 10 ਸਾਲਾਂ ਦਾ ਛੋਟ ਇੱਥੇ ਮਿਲ ਜਾਂਦਾ ਓਕੇ ਕੁਆਲਿਫਿਕੇਸ਼ਨ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਇੱਥੇ ਇਹਨਾਂ ਨੇ ਲਿਖਿਆ ਹੋਇਆ ਹੈ ਕਿ ਮਸਟ ਹੈਵ ਪਾਸਡ میٹرਿਕ ਐਗਜ਼ਾਮੀਨੇਸ਼ਨ ਮਤਲਬ 10ਵੀਂ ਪਾਸ ਕੈਂਡੀਡੇਟ ਇਸ ਪੋਸਟ ਲਈ ਐਲੀਜੀਬਲ ਹੈ ਠੀਕ ਹੈ ਦਸਵੀਂ ਪਾਸ ਹੋ ਤਾਂ ਤੁਸੀਂ ਇਸ ਪੋਸਟ ਨੂੰ ਫਿਲ ਕਰ ਸਕਦੇ ਹੋ ਤੇ ਇਸ ਪੋਸਟ ਨੂੰ ਅਪਲਾਈ ਕਰਨ ਦੀ ਫੀਸ ਹੈ ਜਿਹੜੀ ਉਹ ਜਨਰਲ ਕੈਂਡੀਡੇਟ ਵਾਸਤੇ 100 ਰੁਪਏ ਹੈ ਤੇ ਇਸ ਤੋਂ ਇਲਾਵਾ ਐਸਸੀ ਐਸਟੀ ਤੇ ਪੀਡਬਲਯੂਡੀ ਕੈਂਡੀਡੇਟ ਜਾਂ ਐਕਸਮੈਨ ਸਰਵਿਸ ਐਕਸ ਸਰਵਿਸ ਮੈਨ ਨੇ ਉਹਨਾਂ ਵਾਸਤੇ ਕੋਈ ਫੀਸ ਨਹੀਂ ਹੈ ਫ੍ਰੀ ਆਫ ਕੋਸਟ ਉਹ ਫਾਰਮ ਫਿਲ ਕਰ ਸਕਦੇ ਨੇ ਤੇ ਸਿਰਫ ਜਨਰਲ ਕੈਂਡੀਡੇਟ ਵਾਸਤੇ 100 ਰੁਪਏ ਫੀਸ ਦੀ ਡਿਮਾਂਡ ਕੀਤੀ ਗਈ ਹੈ ਓਕੇ ਅਪਕੇ ਬਾਕੀ ਇਸ ਪੋਸਟ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਵੀਡੀਓ ਵਿੱਚ ਕਮੈਂਟ ਕਰਕੇ ਮੈਥੋਂ ਪੁੱਛ ਸਕਦੇ ਹੋ ਜਾਂ ਇੰਸਟਾਗ੍ਰam ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰ ਸਕਦੇ ਹੋ